9 ਵਜ ਗਏ, ਹਲੇ ਤੱਕ ਦੇਸੀ ਆਇਆ ਹੀ ਨਹੀਂ। ਅੱਜ ਪਤਾ ਨਹੀਂ ਕੀ ਬਹਾਨਾ ਲਾਊਗਾ। ਬੜਾ ਦੇਸੀ ਹੈ ਸਹੁਰਾ, ਮੈਨੂੰ ਤਾਂ ਉਹਦੀ ਸਮਝ ਹੀ ਨਹੀਂ ਆਉਂਦੀ ਕਿ ਕਲਰਕ ਕਿਵੇਂ ਲੱਗ ਗਿਆ ਉਹ ਜੀ ਜੈਤੋ ਵਾਲਾ MLA ਨਾ ਜਿਹੜਾ, ਉਸਦਾ ਮਾਮਾ ਲੱਗਦਾ ਹੈ ਰਿਸ਼ਤੇਦਾਰੀ ਵਿੱਚੋਂ, ਉਸਦੇ ਬੜੇ ਲੰਮੇ ਹੱਥ ਪੈਂਦੇ ਆ। ਸ਼ੁਕਰ ਹੈ ਸਾਡਾ ਤਹਿਸੀਲਦਾਰ ਨਹੀਂ ਲੱਗਿਆ, ਨਹੀਂ ਤਾਂ ਸਾਰੀ ਦਿਹਾੜੀ ਆਪਣੇ ਤੋਂ ਝੋਨੇ 'ਚ ਕੱਖ ਹੀ ਕਢਾਈ ਜਾਣੇ ਸੀ। ਫਿਰ ਤਾਂ ਦਫ਼ਤਰ ਉਸਦੇ ਘਰੇ ਹੀ ਲੱਗਿਆ ਕਰਨਾ ਸੀ। ਕੱਲੀ ਜਿੰਦ ਨੂੰ ਸੌ ਸਿਆਪੇ, ਮੇਰੇ ਕਿਹੜਾ ਘਰੇ ਘੁੰਡ ਵਾਲੀ ਬੈਠੀ ਆ। ਦੇਸੀ ਯਾਰ ਇੱਕ ਗੱਲ ਦੱਸ, ਤੂੰ ਹਾਲੇ ਤੱਕ ਵਿਆਹ ਕਿਉਂ ਨੀ ਕਰਵਾਇਆ? ਦੇਸੀ ਯਾਰ ਐਵੇਂ ਟਾਈਮ ਹੀ ਨੀ ਲੱਗਿਆ। ਟਾਈਮ ਨੀ ਲੱਗਿਆ ਉਹ ਵੀ ਤੇਰਾ, ਉਹ ਮੇਰਾ ਨਹੀਂ ਕਿਸੇ ਵਿਚੋਲੇ ਦਾ ਹੀ ਟਾਈਮ ਨਹੀਂ ਲੱਗਿਆ ਰਿਸ਼ਤਾ ਕਰਾਉਣ ਦਾ। ਅੱਜ ਕੱਲ੍ਹ ਵਿਚੋਲੇ ਦੀ ਕੀ ਲੋੜ ਹੈ, ਸਿੱਧਾ ਹੀ ਸੰਪਰਕ ਕਰ ਲਏ ਬੰਦਾ, ਫੇਸਬੁੱਕ ਅਤੇ ਵਟਸਐਪ ਕੀ ਅੱਗ ਲਾਉਣੀ ਹੈ ਜੇ ਵਿਚੋਲੇ ਨੂੰ ਹੀ ਭਾਲਣਾ ਤਾਂ। ਲਾਲੀ ਜੀ ਮੈਂ ਤਾਂ ਬਥੇਰੀ ਬਾਜ਼ਾਰ 'ਚ ਨਿਗਾਹ ਨੁਗਾਹ ਮਾਰਦਾ, ਪਰ ਥਿਉਂਦੀ ਕੋਈ ਨਹੀਂ। ਤੈਨੂੰ ਤਾਂ ਸਾਹਮਣੇ ਬੈਠੀ ਲਾਲੀ ਨਹੀਂ ਦਿਸਦੀ, ਤੈਨੂੰ ਬਾਜ਼ਾਰ 'ਚ ਸਵਾਹ ਲੱਭਣੀ। ਨਾਲ ਬੈਠੀ ਮਤਲਬ ਤੂੰ, ਮੋਮਬੱਤੀ ਜਿੱਡਾ ਕੱਦਾ ਤੇਰਾ ਤੇ ਗੱਲਾਂ ਕਰਦੀਆਂ ਵਿਆਹ ਕਰਾਉਣ ਦੀਆਂ, ਜਿੱਦੇ ਲੈ ਕੇ ਆਇਆ ਨਾ 6 ਫੁੱਟ ਦੀ ਲੈ ਕੇ ਆਊਂਗਾ। ਅੱਛਾ ਜੋਤ ਵਰਗੀ। ਹਾਂ ਸੱਚ, ਅੱਜ ਜੋਤ ਕਿਉਂ ਨਹੀਂ ਆਈ? ਕਿਉਂ ਜੀ ਨਹੀਂ ਲੱਗਦਾ ਉਹਦੇ ਬਿਨਾਂ? ਰਮੇਸ਼ ਯਾਰ ਉਸ ਅਮੀਰ ਜਾਦੀ ਨੇ ਤਾਂ ਮਨ ਹੀ ਮੋਹਲਿਆ, ਜਿੱਦੇ ਨਹੀਂ ਨਾ ਆਉਂਦੀ ਦਫ਼ਤਰ ਦੀਆਂ ਕੰਧਾਂ ਵੀ ਉਦਾਸ ਹੋ ਜਾਂਦੀਆਂ। ਵਾਹ ਜੀ ਵਾਹ, ਸ਼ੇਰੋ ਸ਼ਾਇਰੀ ਕਰ ਲੈਂਦਾ ਤੂੰ ਤਾਂ। ਉਹ ਉਦਾਸ ਨਾ ਹੋ, ਸਾਹਿਬ ਨਾਲ ਗਈ ਹੈ ਫੀਲਡ 'ਚ। ਉਹ ਫਿਰਦੀ ਹੋਣੀ ਗਰੀਬਾਂ ਦੇ ਘਰਾਂ ਦੇ ਵਿੱਚ ਸਮਾਜ ਸੇਵਾ ਕਰਦੀ। ਸਭ ਪੈਸੇ ਦੀਆਂ ਖੇਡਾਂ ਨੇ, ਜੇ ਪੈਸਾ ਹੋਵੇ ਤਾਂ ਫੇਰ ਹੀ ਸਮਾਜ ਸੇਵਾ ਹੁੰਦੀ ਹੈ। ਹੋਰ ਸੁਣਾਓ ਕੀ ਹਾਲ ਹੈ, ਸਾਰਿਆਂ ਦਾ ਪਰਿਵਾਰ ਠੀਕ ਹੈ? ਜੋਤ ਜੀ ਪਰਿਵਾਰ ਵਾਲਿਆਂ ਨੂੰ ਪੁੱਛੋ ਸਾਡਾ ਛੜਿਆਂ ਦਾ ਕਾਹਦਾ ਪਰਿਵਾਰ ਹੈ। ਕੋਈ ਗੱਲ ਨਹੀਂ, ਤੇਰਾ ਵਿਆਹ ਹੋ ਲੈਣ ਦੇ, ਤੇਰੀ ਵਹੁਟੀ ਦਾ ਹਾਲ ਚਾਲ ਸਪੈਸ਼ਲ ਪੁੱਛ ਲਿਆ ਕਰਾਂਗੀ। ਵਹੁਟੀ? ਜੋਤ ਜੀ ਸਾਨੂੰ ਤਾਂ ਉਹ ਵੀ ਨਹੀਂ ਪਤਾ ਵਹੁਟੀ ਹੁੰਦੀ ਕਿਹੋ ਜੀ ਹੈ। ਲੈ ਇੰਨਾ ਵੀ ਨਹੀਂ ਪਤਾ, ਮੇਰੇ ਵੱਲ ਦੇਖ ਇਹੋ ਜਿਹੀ ਹੁੰਦੀ ਹੈ ਵਹੁਟੀ। ਜੋਤ ਜੀ ਜੇ ਵਹੁਟੀ ਇੰਨੀ ਖੂਬਸੂਰਤ ਹੁੰਦੀ ਹੈ, ਮੈਂ ਤਾਂ ਚਾਹੁੰਦਾ ਸਾਰੀ ਦੁਨੀਆ ਹੀ ਵਹੁਟੀ ਬਣ ਜੇ, ਤੇ ਫਿਰ ਦੁਨੀਆ ਕਿੰਨੀ ਖੂਬਸੂਰਤ ਲੱਗੇ। ਵੇ ਇੰਨੀ ਤਾਰੀਫ ਨਾ ਕਰਿਆ ਕਰ, ਐਵੇਂ ਨਜ਼ਰ ਨਾ ਲੱਗ ਜੇ ਕਿਤੇ। ਸਤਿ ਸ਼੍ਰੀ ਅਕਾਲ ਬਾਊ ਜੀ। ਸਤਿ ਸ਼੍ਰੀ ਅਕਾਲ ਬਾਊ ਜੀ। ਰਜਿਸਟਰੀ ਕਰਾਉਣੀ ਸੀ।
ਆਓ ਵੇਖੋ ਟਾਈਮ 5 ਵੱਜ ਗਏ, ਹੁਣ ਤਾਂ ਨਹੀਂ ਹੋ ਸਕਦਾ, ਕੱਲ੍ਹ ਨੂੰ ਆ ਜਾਇਓ। ਚਲੋ ਕੱਲ੍ਹ ਆ ਜਾਵਾਂਗੇ ਜੀ, ਕੱਲ੍ਹ ਤਾਂ ਹੋ ਜੂਗੀ ਨਾ ਰਜਿਸਟਰੀ ਜੀ। ਹਾਂ ਸਰ ਜੀ, ਯਾਦ ਆਇਆ, ਤੁਸੀਂ ਕੱਲ੍ਹ ਨੂੰ ਵੀ ਨਾ ਆਇਓ, ਕੱਲ੍ਹ ਨੂੰ ਸਭ ਛੁੱਟੀ 'ਤੇ ਨੇ, ਤੁਸੀਂ ਸੋਮਵਾਰ ਹੀ ਆਇਓ, ਜਾਓ। ਠੀਕ ਹੈ ਜੀ, ਸੋਮਵਾਰ ਆ ਜਾਵਾਂਗੇ। ਸਤਿ ਸ਼੍ਰੀ ਅਕਾਲ। ਯਾਰ ਦੇਸੀ, ਅੱਜ ਮੌਸਮ ਬੜਾ ਵਧੀਆ ਹੀ ਯਾਰ। ਨਾ ਫੇਰ ਦੱਸ ਮੈਂ ਕੀ ਕਰਾਂ ਫਿਰ? ਫੇਰ ਕੀ, ਅੱਜ ਫਿਰ ਪਾਰਟੀ ਪੂਰਟੀ ਹੋ ਜੇ, ਹੋਰ ਕੀ। ਮੇਰੀ ਜੇਬ ਤਾਂ 60 ਰੁਪਈਏ ਆ ਸਾਰੇ, 50 ਦਾ ਪਵਾਉਂਗਾ ਪੈਟਰੋਲ ਅਤੇ 10 ਦੀਆਂ ਲਵਾਂਗਾ ਡਬਲ ਰੋਟੀਆਂ। ਲਾਉਣੇ ਆ ਜੁਗਾੜ ਫਿਰ, ਆਪਣੇ ਵਾਲੀ ਅਮੀਰਜ਼ਾਦੀ ਕਦੋਂ ਕੰਮ ਆਊਗੀ? ਐਵੇਂ ਫਾਲਤੂ ਦੇ ਗਰੀਬਾਂ ਨੂੰ ਪੈਸੇ ਵੰਡਦੀ ਫਿਰਦੀ, ਆਪਣੇ ਤੋਂ ਵੱਡਾ ਗਰੀਬ ਕਿਹੜਾ ਹੈ? ਸਹੀ ਕਿਹਾ ਰਮੇਸ਼, ਇੱਕ ਦਿਨ ਆਪਾਂ ਵੀ ਬਣ ਜਾਈਏ ਗਰੀਬ। ਵਾਹ ਜੀ ਵਾਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਦੋਂ ਜੋਤ ਦਫ਼ਤਰ 'ਚ ਆ ਜਾਂਦੀ ਹੈ ਨਾ, ਤਾਂ ਸਾਰਾ ਦਫ਼ਤਰ ਮਹਿਕਣ ਲੱਗ ਜਾਂਦਾ ਹੈ। ਅਸਲ ਜ਼ਿੰਦਗੀ ਉਹੀ ਹੁੰਦੀ ਹੈ ਜੋ ਦੂਜਿਆਂ ਨੂੰ ਮਹਿਕ ਬਣਦੀ ਹੈ। ਵਾਹ ਮੈਡਮ ਜੀ ਵਾਹ, ਇੰਨੇ ਖੂਬਸੂਰਤ ਵਿਚਾਰ। ਮੇਰੀ ਗੱਲ ਸੁਣੋ, ਅੱਜ ਸਾਹਿਬ ਹੈਗੇ ਛੁੱਟੀ 'ਤੇ, ਛੱਡੋ ਕੰਮ ਧੰਦਿਆਂ ਨੂੰ, ਗੱਲਾਂ ਬਾਤਾਂ ਮਾਰਦੇ ਹਾਂ ਬੈਠ ਕੇ। ਇਹ ਗੱਲ ਬਿਲਕੁਲ ਗਲਤ ਹੈ, ਸਾਹਿਬ ਆਉਣ ਜਾਂ ਨਾ ਆਉਣ, ਕੰਮ ਤਾਂ ਸਾਰਿਆਂ ਨੇ ਕਰਨਾ ਹੀ ਹੈ। ਸਾਹਿਬ ਦੇ ਬੈਠਣ 'ਤੇ ਕਿਹੜਾ ਕੋਈ ਕੰਮ ਹੁੰਦਾ, ਕੋਈ ਨਾ ਕੋਈ ਬਹਾਨਾ ਬਣਾ ਕੇ ਭੱਜਣਾ ਹੀ ਹੁੰਦਾ। ਉਹ ਅੱਖ 'ਚ ਪਤਾ ਨਹੀਂ ਕੀ ਪੈ ਗਿਆ, ਉਹ ਅੱਖ 'ਚ ਪਤਾ ਨਹੀਂ ਕੀ ਪੈ ਗਿਆ, ਉਹ ਦਰਦ ਹੋਈ ਜਾਂਦਾ। ਠੀਕ ਹੁੰਦੇ ਸੀ ਜੀ ਹੁਣ? ਹਾਂ ਹੁਣ ਕੁਛ ਦਰਦ ਘਟਿਆ। ਚਲੋ ਠੀਕ ਹੈ, ਮੈਂ ਚੱਲਦੀ ਹਾਂ। ਜੋਤ ਜੀ ਤੁਸੀਂ ਇੱਥੇ ਖੜੇ ਰਹੋ, ਜਦੋਂ ਤੁਸੀਂ ਪਾਸੇ ਜਾਂਦੇ ਆ ਨਾ, ਦਰਦ ਫੇਰ ਹੋਣ ਲੱਗ ਜਾਂਦਾ। ਲੈ ਬਾਬਾ ਦੇਖੀ ਚੱਲ, ਮੈਂ ਕੰਮ ਬਾਅਦ ਚੋਂ ਕਰ ਲੂੰਗੀ, ਤੇਰਾ ਦਰਦ ਠੀਕ ਹੋਣਾ ਚਾਹੀਦਾ। ਜੋਤ, ਤੈਨੂੰ ਰੱਬ ਨੇ ਇੰਨਾ ਖੂਬਸੂਰਤ ਕਿਉਂ ਬਣਾਇਆ? ਤੇਰੇ ਦੇਖਣ ਲਈ। ਸੱਚੀ ਮੁੱਚੀ? ਰੱਬ ਨੇ ਖੂਬਸੂਰਤ ਤਾਂ ਮੈਨੂੰ ਵੀ ਬਹੁਤ ਬਣਾਇਆ, ਪਰ ਉਹ ਸਾਡੇ ਵੱਲ ਦੇਖੇ ਤੇ ਤਾਂ ਹੀ। ਨਾ ਜਦੋਂ ਗੁਲਾਬ ਦਾ ਫੁੱਲ ਸਾਹਮਣੇ ਹੋਵੇ ਤੇ ਕਿੱਕਰਾਂ ਦੇ ਫੁੱਲਾਂ ਤੋਂ ਦੱਸ ਕਿਸੇ ਨੇ ਟਿੰਡੇ ਲੈਣੇ ਆ। ਨਾਲੇ ਉਹ ਰਮੇਸ਼, ਉਹ ਸੁਬਾ ਕੀ ਕਹਿੰਦਾ ਸੀ ਤੂੰ ਬਾਪੂ, ਉਹ ਕੀ ਸੀ ਗੱਲ? ਉਹ ਹਾਂ ਸੱਚ, ਬਾਪੂ ਦਾ ਪਤਾ ਹੀ ਲੈਣਾ ਸੀ ਯਾਰ, ਇੱਕ ਸੈਕਿੰਡ। ਹਾਂ ਹੈਲੋ, ਕਿਵੇਂ ਆ ਬਾਪੂ? ਹੈ ਦਾਖਲ ਕਰਾਉਣਾ ਪਊਗਾ, ਇੰਨਾ ਬਿਮਾਰ ਹੋ ਗਿਆ? ਕਰਦਾ ਮੈਂ ਕੁਛ, ਮੇਰੇ ਕੋਲ ਤਾਂ ਪੈਸੇ ਵੀ ਹੈ ਨਹੀਂ।
ਕਰਦਾ ਮੈਂ ਕੋਈ। ਹਾਂ ਹਾਂ ਠੀਕ ਹੈ ਠੀਕ ਹੈ, ਕਰਦਾ ਕੋਈ ਹੱਲ ਮੈਂ। ਰਮੇਸ਼ ਜੀ ਕੀ ਗੱਲ ਹੋ ਗਈ? ਬਾਪੂ ਬਾਲਾ ਬਿਮਾਰ ਆ ਅਤੇ ਕਹਿੰਦੇ ਦਾਖਲ ਕਰਨਾ ਪੈਣਾ, ਪਰ ਮੇਰੇ ਕੋਲ ਤਾਂ ਮੈਂ ਦਿੰਦੀ ਹਾਂ ਤੁਹਾਨੂੰ 1500 ਰੁਪਏ, ਜਾ ਕੇ ਬਾਪੂ ਜੀ ਦਾ ਇਲਾਜ ਕਰਾਓ, ਜੇ ਹੋਰ ਲੋੜ ਹੋਈ ਮੈਂ ਕੱਲ੍ਹ ਲਿਆ ਦਾਂਗੀ। ਦੇਸੀ ਯਾਰ ਮੇਰੇ ਨਾਲ ਚੱਲ, ਮੈਂ ਯਾਰ ਗੱਲਾਂ ਯਾਰ। ਹਾਂ ਹਾਂ ਦੇਸੀ ਨਾਲ ਜਾ ਰਮੇਸ਼ ਦੇ, ਚੰਗੀ ਦਵਾਈ ਦਵਾਉਣੀ ਬਾਪੂ ਜੀ ਨੂੰ। ਚਲੀਏ ਤੇਰੇ ਕੱਪੜੇ ਚੇਂਜ ਕਰਨ ਕਰਕੇ ਨਾ ਪੂਰਾ ਘੰਟਾ ਲੇਟ ਹੋ ਗਈ ਯਾਰ, ਨਹੀਂ ਤਾਂ ਕਦੋਂ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰ ਲੈਣਾ ਸੀ। ਕੱਪੜੇ ਤਾਂ ਬਦਲਣੇ ਸੀ, ਐਵੇਂ ਦਾਲ ਦੂਲ ਡੁੱਲ ਜਾਂਦੀ ਹੈ ਕਈ ਵਾਰੀ, ਨਾਲੇ ਮੇਰੇ ਕਿਹੜਾ ਘਰੇ ਘੁੰਡ ਵਾਲੀ ਬੈਠੀ ਹੈ ਧੋ ਦੂਗੀ। ਓ ਬਾਈ ਆ ਵੀ ਉਰੇ ਲਿਆ ਮੁਰਗਾ ਸ਼ਰਗਾ ਤੇ ਨਾਲ ਅੱਧਾ ਕਿਲੋ ਮੱਛੀ ਲਿਆ ਰੱਖ। ਹੋ ਗਿਆ ਬਰਾਬਰ। ਇੱਕ ਗੱਲ ਨਹੀਂ ਸਮਝ ਆਉਂਦੀ, ਆਪਾਂ ਸਹੀ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ ਇਹ? ਓ ਯਾਰ ਗਲਤ ਨੂੰ ਆਪਾਂ ਕਿਹੜਾ ਕੋਈ ਗਰੀਬ ਮਾਰ ਕੀਤੀ ਆ, ਨਾਲੇ ਉਹਦੇ ਕੋਲ ਕਿਹੜਾ ਪੈਸਿਆਂ ਦਾ ਘੱਟ ਆ ਯਾਰ। ਯਾਰ ਰਮੇਸ਼ ਕੁਝ ਵੀ ਹੈ, ਜੋਤ ਹੈ ਬਹੁਤ ਚੰਗੀ, ਬਹੁਤ ਪੈਸੇ ਵੰਡਦੀ ਆ ਗਰੀਬਾਂ ਨੂੰ। ਓ ਬਾਈ ਉਹੀ ਵੰਡੂ ਜਿਹਦੇ ਕੋਲ ਹੋਊ। ਓਏ ਆਪਾਂ ਕਿੱਥੋਂ ਕਰ ਲਾਂਗੇ ਯਾਰ ਸਮਾਜ ਸੇਵਾ, ਹੈਂ? ਓਏ ਆਪਣੇ ਤਾਂ ਹੋਰ ਜ਼ੈਪੇ ਹੀ ਨਹੀਂ ਪੂਰੇ ਹੁੰਦੇ, ਤੇਰਾ ਪੈਗ ਲਾ ਯਾਰ ਤੂੰ। ਰਮੇਸ਼ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਯਾਰ, ਮੇਰਾ ਇੰਨਾ ਮੋਜਾ ਕਿਉਂ ਕਰਦੀ ਯਾਰ? ਬਾਈ ਦੇਸੀ ਗੱਲਾਂ ਆ ਬਾਈ, ਮਰਦੀ ਆ ਤੇਰੇ ਤੇ। ਰਮੇਸ਼ ਸੱਚੀ ਯਾਰ ਮੈਨੂੰ ਇਉਂ ਲੱਗਦਾ ਜਿਵੇਂ ਮੇਰਾ ਵਹਿਮ ਹੁੰਦਾ। ਓ ਨਹੀਂ ਨਹੀਂ ਵਹਿਮ ਨਹੀਂ, ਮਰਦੀ ਆ ਤੇਰੇ ਤੇ। ਰਮੇਸ਼ ਮੇਰੀ ਗੱਲ ਸੁਣ, ਤੂੰ ਹੁਣ ਛੇਤੀ ਬਾਪੂ ਨੂੰ ਠੀਕ ਨਹੀਂ ਕਰਨਾ, ਬਸ ਐਂ ਪਾਰਟੀਆਂ ਚੱਲਦੀਆਂ ਰਹਿਣ ਫਿਰ। ਓਏ ਕਿਹੜੀ ਗੱਲ ਆ, ਗੱਲ ਨੂੰ ਬੁੜਿਆਂ ਨੂੰ ਹੋਰ ਸੀਰੀਅਸ ਕਰਦੇ ਹੈਗੇ। Thank you.
ਹੈ ਆ ਮੀਰਜ਼ਾਦੀ ਕਿੱਧਰ ਅੱਜ ਝੁੱਗੀਆਂ 'ਚ ਤੁਰੀ ਫਿਰਦੀ ਹੈ ਦੇਸੀ ਜੀ ਅੱਜ ਕਿਵੇਂ ਟਾਈਮ ਨਾਲ ਹੀ ਚੱਲ ਪਏ ਦਫ਼ਤਰ ਨੂੰ ਹਜੇ ਤਾਂ ਜੋਤ ਸਕੂਟਰ ਗਰਮ ਕਰਦਾ ਫਿਰਦਾ ਦੋ ਚਾਰ ਗੇੜੇ ਪਿੰਡ ਦੇ ਕੱਢੂਆਂ ਫਿਰ ਕਿਤੇ ਜਾ ਕੇ ਇਹ ਗਰਮ ਹੁੰਦਾ ਫਿਰ ਜਾਊਂਗਾ ਦਫ਼ਤਰ ਤਾਂ ਤੇ ਤੂੰ ਇੱਧਰ ਰੂੜੀਆਂ 'ਤੇ ਕੀ ਕਰਦੀ ਫਿਰਦੀ ਹੈ ਮੈਂ ਤਾਂ ਇਹਨਾਂ ਗਰੀਬ ਬੱਚਿਆਂ ਨੂੰ ਲੋਹੜੀ ਦੇ ਕੇ ਆਈ ਹਾਂ ਐਵੇਂ ਕਿਉਂ ਰੂੜੀਆਂ 'ਚ ਗੰਦ ਮਿਰਦੀ ਫਿਰਦੀ ਹੈ ਚੱਲ ਕਿਸੇ ਕਲੱਬ 'ਚ ਚੱਲਦੇ ਹਾਂ ਪਾਉਣੇ ਆ ਭੰਗੜੇ ਭੁੰਗੜੇ ਤੇਰੇ ਨਾਲ ਭੰਗੜੇ ਵੀ ਪਾ ਲਵਾਂਗੀ ਪਰ ਜੋ ਖੁਸ਼ੀ ਇਹਨਾਂ ਗਰੀਬ ਬੱਚਿਆਂ ਨਾਲ ਆਉਂਦੀ ਆ ਉਹ ਹੋਰ ਕਿਤੇ ਨਹੀਂ ਆਉਂਦੀ ਜੋਤ ਕਾਸ਼ ਮੈਨੂੰ ਕਿਤੇ ਤੇਰੇ ਵਰਗੀ ਕੁੜੀ ਮਿਲ ਜੇ ਨਾ ਮੈਂ ਝੱਟ ਵਿਆਹ ਕਰਾਵਾਂ ਕਿਉਂ ਲਾਲਾ ਸੁੱਟੀ ਜਾਂਦਾ ਮੈਨੂੰ ਹੀ ਰੱਖ ਲੈ ਟੁੱਟ ਪੈਣਿਆ ਤੂੰ ਤਾਂ ਜੋਤ ਮੇਰੇ ਬਜਟ ਤੋਂ ਹੀ ਬਾਹਰ ਹੈ ਉਹਨਾਂ ਤਾਂ ਮੈਂ ਸਾਲ 'ਚ ਨਹੀਂ ਕਮਾਉਂਦਾ ਜਿੰਨਾ ਤੂੰ ਦੋ ਦਿਨਾਂ 'ਚ ਪੁੰਨ ਦਾਨ 'ਤੇ ਲਾ ਦਿੰਦੀ ਹੈ ਚੱਲ ਚੰਗਾ ਮੈਨੂੰ ਅਗਲੀਆਂ ਝੁੱਗੀਆਂ ਤੱਕ ਛੱਡ ਦੇ ਲੈ ਨਹੀਂ ਛੱਡ ਦਿੰਦਾ ਜਾ ਜਰਗਾ ਸਕੂਟਰ ਹੈ ਮੇਰਾ ਚੱਲਦੇ ਹਾਂ ਦੇਸੀ ਜੀ ਮੈਨੂੰ ਨਹੀਂ ਲੱਗਦਾ ਇਹ ਸਟਾਰਟ ਹੋਊਗਾ ਜੋਤ ਜੀ ਇਹ ਵੀ ਮੇਰੇ ਵਰਗਾ ਹੀ ਹੈ ਸੋਹਣੀ ਕੁੜੀ ਵੇਖ ਕੇ ਉਹੀ ਚੰਬਲ ਜਾਂਦਾ ਲੱਗਦਾ ਇਹਨੇ ਨਹੀਂ ਸਟਾਰਟ ਹੋਣਾ ਚੱਲ ਤੁਰੇ ਚੱਲਦੇ ਹੈ ਕਿਹੜੀ ਵਾਟ ਹੈ ਤੁਰ ਚੱਲਦੇ ਹੈ ਨਾਲੇ ਤੇਲ ਨਹੀਂ ਮੁੱਕਿਆ ਇਹਦੇ 'ਚ ਸਹੀ ਹੈ ਤੇਲ ਨਹੀਂ ਮੁੱਕਿਆ ਹੋਣਾ ਕੱਲ ਆ ਚੱਲੀਏ ਤੁਰੇ ਚੱਲਦੇ ਹੈ ਚੱਲ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਅੱਜ ਫੇਰ ਲੇਟ ਉਹ ਸਰ ਲੇਟ ਹੋ ਗਿਆ ਜੀ ਉਹ ਮੱਝ ਮੱਝ ਸੂਈ ਸੀਗੀ ਜੀ ਉਹ ਫੇਰ ਤਾਂ ਬੌਲੀ ਲੈ ਕੇ ਆਉਣੀ ਸੀ ਉਹ ਸਰ ਬੌਲੀ ਕਿੱਥੋਂ ਲਿਆਉਂਦਾ ਜੀ ਮੱਝ ਸਾਡੀ ਆਪਦੀ ਥੋੜ੍ਹਾ ਸੀ ਉਹ ਤਾਂ ਗੁਆਂਢੀਆਂ ਦੀ ਸੀ ਬਸ ਰਿਹਾ ਨਾ ਦੇਸੀ ਦਾ ਦੇਸੀ ਚੱਲ ਕਰ ਕੰਮ ਠੀਕ ਹੈ ਸਰ ਜੋਤ ਆਈ ਨਹੀਂ ਅਜੇ ਕਿਉਂ ਜੀ ਨਹੀਂ ਲੱਗਦਾ ਉਹਦੇ ਬਿਨਾਂ ਇਹੋ ਜੀ ਤਾਂ ਕੋਈ ਗੱਲ ਨਹੀਂ ਜੀ ਉਹ ਤਾਂ ਬਸ ਉਹੀ ਬਸ ਉਹੀ ਹੈ ਜੀ ਮੈਂ ਤਾਂ ਭਾਵੇਂ ਮਹੀਨੇ ਦੀ ਛੁੱਟੀ ਲੈ ਜਾਵਾਂ ਮੈਨੂੰ ਤਾਂ ਕਦੇ ਪੁੱਛਿਆ ਨਹੀਂ ਨਾ ਤੂੰ ਤਾਂ ਭਾਵੇਂ ਸਸਪੈਂਡ ਹੋ ਕੇ ਘਰੇ ਬਹਿ ਜਾ ਤੈਨੂੰ ਤਾਂ ਮੈਂ ਤਾਂ ਵੀ ਨਹੀਂ ਪੁੱਛਦਾ ਦੇਸੀ ਜਾਂ ਤੈਨੂੰ ਸਾਹਿਬ ਨੇ ਬੁਲਾਇਆ ਜਾਨਾ ਜਾਨਾ ਹੈ ਨਾਲੇ ਬਾਲੀ ਖੁਸ਼ ਜੀ ਨਾ ਹੋਇਆ ਕਰੇ ਮੈਂ ਵੱਡੇ ਬੰਦਿਆਂ ਨੂੰ ਅਫਸਰ ਯਾਦ ਕਰਦੇ ਹੁੰਦੇ ਆ ਹਾਂਜੀ ਸਰ ਕਿਵੇਂ ਬੁਲਾਇਆ ਸੀਗਾ ਜੀ ਦੇਸੀ ਮੈਂ ਚੱਲਿਆ ਮੀਟਿੰਗ 'ਤੇ ਜੇ ਕੋਈ ਡਾਕ ਆਵੇ ਤਾਂ ਵੇਖ ਲਿਓ ਠੀਕ ਹੈ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਹੋ ਮੈਡਮ ਜੀ ਅਸੀਂ ਤਾਂ ਸਾਰੇ ਠੀਕ ਹਾਂ ਤੁਸੀਂ ਸੁਣਾਓ ਹੋਰ ਮਿਸ ਭਾਈ ਤੁਹਾਡੇ ਪਾਪਾ ਜੀ ਦਾ ਕੀ ਹਾਲ ਹੈ ਠੀਕ ਹੈ ਮੈਡਮ ਜੀ ਉਹਨਾਂ ਨੂੰ ਕੀ ਹੋਇਆ ਭੂਆ ਕੋਲ ਗਏ ਨੇ ਹੈ ਭੂਆ ਜੀ ਕੋਲ ਗਏ ਨੇ ਨਾਲੇ ਕੱਲ੍ਹ ਤੁਸੀਂ ਕਹਿੰਦੇ ਸੀ ਬਿਮਾਰ ਨੇ
ਓ ਮੈਡਮ ਜੀ ਪਤਾ ਕੀ ਆ, ਉਹ ਭੂਆ ਜੀ ਕੋਲ ਹੀ ਤਾਂ ਦਾਖਲ ਕਰਵਾਇਆ, ਭੂਆ ਜੀ ਲੈ ਗਏ ਸੀ, ਉੱਥੇ ਹੀ ਦਾਖਲ ਕਰਵਾਤਾ ਸੀ। ਹਾਂ ਠੀਕ ਤਾਂ ਹੈਗੇ ਨੇ। ਓ ਮੈਡਮ ਜੀ ਠੀਕ ਕਿੱਥੇ ਹੈ ਜੀ, ਬਹੁਤ ਪੈਸਾ ਲੱਗੀ ਜਾਂਦਾ ਮੈਡਮ ਜੀ, ਕੀ ਦੱਸਾਂ ਤੁਹਾਨੂੰ ਜੀ। ਆ ਲਓ ਪੈਸੇ ਤੇ ਜਾ ਕੇ ਬਾਪੂ ਜੀ ਹੁਣਾਂ ਦਾ ਇਲਾਜ ਕਰਾਓ ਚੰਗੀ ਤਰ੍ਹਾਂ। ਠੀਕ ਹੈ ਮੈਡਮ ਜੀ। ਠੀਕ ਹੈ ਮੈਡਮ ਜੀ, ਮੈਂ ਨਾ ਥੋੜ੍ਹਾ ਜਿਹਾ ਕੰਮ ਹੈ ਆਹ ਨਿਬੇੜਨਾ, ਅਜੇ ਨਾਲੇ ਕਿਹੜਾ ਢਾਬੇ ਖੁੱਲ੍ਹੇ ਹੋਣੇ। ਤੁਸੀਂ ਦੱਸੋ ਦੇਸੀ ਜੀ, ਤੇਲ ਪਵਾ ਲਿਆ ਸੀ ਕਿ ਸਕੂਟਰ ਰੋੜ ਕੇ ਲੈ ਕੇ ਆਏ ਹੋ? ਜੋਤ ਮੈਡਮ ਤੇਲ ਕਿੱਥੋਂ ਪਵਾ ਲੈਂਦਾ, ਪਰ 2000 ਰੁਪਇਆ ਤਾਂ ਸੀਗਾ ਮੇਰੇ ਕੋਲੇ, ਪਰ ਬਟੂਆ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਿਆ। ਅੱਛਾ ਆ ਲੈ 100 ਰੁਪਏ, ਪਵਾ ਲਈ ਜਾਂਦਾ ਹੋਇਆ। ਜੋਤ ਮੈਡਮ ਰਹਿਣ ਦਿੰਦੇ ਪੈਸਿਆਂ ਨੂੰ ਤਾਂ ਕੀ ਸੀ, ਚਲੋ ਕੋਈ ਨਹੀਂ ਰੱਖ ਹੀ ਲੈਂਦਾ ਜੀ। ਐਕਸਕਿਊਜ਼ ਮੀ, ਹਾਊ ਮੱਚ ਫੀ ਆਫ ਇੰਤਕਾਲ? ਓ ਕੰਮ ਕੀ ਹੈ, ਹਾਊ ਮੱਚ ਫੀ ਆਫ ਇੰਤਕਾਲ? ਓ ਯੈਸ ਓਕੇ, ਗੋਇੰਗ ਟੂ ਰਮੇਸ਼, ਆਈ ਐਮ ਨੋ ਸਮਝਿੰਗ। ਦੇਸੀ ਫਸ ਗਿਆ ਜੀ ਤਾਂ ਵਿਚਾਰਾ, ਇਹਨੂੰ ਸਮਝਾ ਯਾਰ ਅੰਗਰੇਜ਼ੀ 'ਚ ਕੀ ਯਾਦ ਹੈ। ਐਕਸਕਿਊਜ਼ ਮੀ, ਹਾਊ ਮੱਚ ਫੀ ਆਫ ਇੰਤਕਾਲ? ਇੰਤਕਾਲ ਕਰਾਉਣਾ ਹੈ, ਫੀਸ ਤਾਂ ਅਸੀਂ ਤਾਂ ਹੀ ਦੱਸੀਏ ਜਦੋਂ ਸਰ ਹੋਣਗੇ, ਮੇਰਾ ਮਤਲਬ ਸਰ ਇਜ਼ ਨੋਟ ਪ੍ਰੈਜ਼ੈਂਟ ਟੂਡੇ, ਕਮ ਐਂਡ ਅਦਰ ਡੇ, ਓਕੇ? ਓਕੇ ਸਰ, ਥੈਂਕ ਯੂ। ਅੱਜ ਤਾਂ ਦੇਸੀ ਜੀ ਬਚ ਗਏ ਤੁਸੀਂ, ਅੰਗਰੇਜ਼ੀ ਬੜੀ ਖਤਰਨਾਕ ਚੀਜ਼ ਹੈ। ਜੋਤ ਮੈਡਮ, ਅੰਗਰੇਜ਼ੀ ਨਾਲ ਤਾਂ ਮੇਰੀ ਸ਼ੁਰੂ ਤੋਂ ਹੀ ਨਹੀਂ ਬਣਦੀ, ਬਹੁਤ ਜ਼ੋਰ ਲਾਇਆ ਸੀ ਪਰ ABC ਤੋਂ ਗਾਂ ਹੀ ਨਹੀਂ ਟੱਪਿਆ। ਚਲੋ ਛੱਡੋ, ਰੋਟੀ ਖਾ ਲਈਏ। ਦੇਸੀ ਜੀ ਰੋਟੀ ਖਾ ਲਓ। ਖਾਈ ਤਾਂ ਜਾਂਦਾ। ਦੇਸੀ ਜੀ ਰੋਟੀ ਖਾ ਲਓ। ਖਾਈ ਤਾਂ ਜਾਂਦਾ। ਦੇਸੀ ਜੀ ਰੋਟੀ ਖਾ ਲਓ। ਖਾਈ ਤਾਂ ਜਾਂਦਾ। ਦੇਸੀ ਰੋਟੀ ਖਾ ਲਓ, ਕਿੱਥੇ ਘੁੰਮੇ ਹੋਏ ਹੋ? ਰੋਟੀ ਮੈਂ ਤਾਂ ਲੈ ਕੇ ਨਹੀਂ ਆਇਆ, ਰੰਨਾ ਵਾਲਿਆਂ ਦੇ ਪੱਕਣ ਪਰੌਠੇ ਤੇ ਛੜਿਆਂ ਦੀ ਅੱਗ ਨਾ ਬਲੇ। ਆ ਲਓ, ਮੇਰੇ ਹੁੰਦਿਆਂ ਫਿਕਰ ਕਿਉਂ ਕਰਦੇ ਹੋ? ਨਹੀਂ ਨਹੀਂ ਜੋਤ ਜੀ ਤੁਸੀਂ ਖਾਓ। ਨਹੀਂ ਨਹੀਂ ਕੋਈ ਗੱਲ ਨਹੀਂ, ਨਹੀਂ ਨਹੀਂ ਮੇਰੇ ਹੁੰਦੇ ਤੁਸੀਂ ਭੁੱਖੇ ਰਹੋਗੇ, ਮੈਂ ਹੁਣ ਤੁਹਾਡੇ ਵਾਸਤੇ ਰੋਜ਼ ਪਰੌਂਠੇ ਲੈ ਕੇ ਆਇਆ ਕਰਾਂਗੀ। ਹੈਲੋ, ਤੁਸੀਂ ਜੋਤ ਜੀ ਕਿੰਨੇ ਚੰਗੇ ਹੋ। ਦੇਸੀ ਜੀ ਦੋਵਾਂ ਚੋਂ ਚੰਗਾ ਕੌਣ ਹੈ, ਜੋਤ ਕੀ ਪਰੌਂਠੇ? ਜਿਹਨੂੰ ਬਣੇ ਬਣਾਏ ਪਰੌਂਠੇ ਮਿਲ ਜਾਣ ਉਹ ਹੋਰ ਕੀ ਭਾਲਦਾ, ਨਾਲੇ ਉਹ ਵੀ ਜੋਤ ਮੈਡਮ ਦੇ ਬਣੇ ਹੋਏ। ਜੋਤ ਮੈਡਮ ਤੁਸੀਂ ਕਿੰਨੇ ਚੰਗੇ ਹੋ, ਹਰ ਕਿਸੇ ਦਾ ਕਿੰਨਾ ਸਾਥ ਦਿੰਦੇ ਹੋ। ਲਾਲੀ ਮੈਡਮ, ਜੇ ਦੁਨੀਆ ਆਪਣਾ ਸੁਭਾਅ ਨਹੀਂ ਬਦਲ ਸਕਦੀ ਤਾਂ ਮੈਂ ਆਪਣਾ ਸੁਭਾਅ ਕਿਉਂ ਬਦਲਾਂ? ਜੋਤ ਮੈਡਮ ਤੁਸੀਂ ਬਹੁਤ ਮਹਾਨ ਹੋ, ਸਾਡਾ ਤੋਰੀ ਫੁਲਕਾ ਤੁਹਾਡੇ ਸਿਰ 'ਤੇ ਹੀ ਤਾਂ ਚੱਲਦਾ। ਰਮੇਸ਼ ਬਾਪੂ ਦਾ ਪਤਾ ਵੀ ਲੈ ਲਾ, ਇੱਥੇ ਗੱਲਾਂ ਮਾਰੀ ਜਾਂਦਾ ਐਵੇਂ।
ਦੇਸੀ ਯਾਰ ਜਲਦੀ ਰੋਟੀ ਖਾ, ਹੁਣ ਤਾਂ ਕੀੜੇ ਜੇ ਉੱਠਣ ਲੱਗ ਪਏ। ਚੱਲ ਚੱਲੀਏ। ਚੱਲ ਹੈਂ, ਇਹਦਾ ਕੀ ਮਤਲਬ? ਉਹ ਜੋਤ ਮੈਡਮ, ਡਾਕਟਰ ਕਹਿੰਦਾ ਸੀ ਜੇ ਇਹਦੇ ਪਿਓ ਦਾ ਸਹੀ ਇਲਾਜ ਨਾ ਕਰਾਇਆ ਤਾਂ ਕੀੜੇ ਪੈ ਜਾਣਗੇ ਉਹਨੂੰ। ਫਿਰ ਤਾਂ ਬਹੁਤ ਗਲਤ ਗੱਲ ਹੈ, ਤੁਸੀਂ ਜਲਦੀ ਜਾਓ। ਮੇਰੇ ਜਲਦੀ ਚੱਲੀਏ। ਹਾਂ, ਕਿਤੇ ਕੀੜੇ ਬਾਹਰ ਹੀ ਨਾ ਜਾਣ। ਹਾਂ ਚੱਲ ਚੱਲ। ਰਮੇਸ਼ ਬਾਈ, ਜੋਤ ਨੂੰ ਮੈਂ ਚਾਹੁੰਦਾ ਤਾਂ ਬਹੁਤ ਹੈ, ਪਰ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਵੀ ਕਹੀਦਾ ਕਿਵੇਂ ਹੈ। ਬਾਈ, ਇਹਦੇ 'ਚ ਕਿਹੜੀ ਔਖੀ ਗੱਲ ਆ? ਚੁੱਪ ਕਰਕੇ ਨਾ ਇੱਕ ਗੁਲਾਬ ਦਾ ਫੁੱਲ ਦੇ ਦੇ ਅਤੇ ਉਹਨੂੰ ਨਾ ਕਹਿੰਦੇ ਆਈ ਲਵ ਯੂ, ਹੈਂ? ਉਹ ਤਾਂ ਕਹਿ ਸਕਦਾ ਕਿ ਨਹੀਂ? ਹਾਂ, ਅੰਦਰੋਂ ਪਤਾ ਕਰ ਲੈ ਉਹਨੇ ਆਉਣਾ ਵੀ ਹੈ ਕਿ ਨਹੀਂ, ਕਿਤੇ ਉਦੋਂ ਤੱਕ ਤੇਰਾ ਫੁੱਲ ਹੀ ਨਾ ਕਮਲਾ ਜੇ। ਸਹੀ ਗੱਲ ਹੈ ਬਾਈ, ਮੈਂ ਕਰਦਾ ਸਾਹਿਬ ਤੋਂ ਪਤਾ। ਦਰਾਜ ਦੀ ਚਾਬੀ ਸੀ ਉਹਨਾਂ ਕੋਲ ਜੀ। ਉਹ ਤਾਂ 4 ਦਿਨਾਂ ਦੀ ਛੁੱਟੀ ਤੇ ਹੈ। 4 ਦਿਨ ਜੀ? ਕਿਵੇਂ ਦੇਸੀ, ਬੜੇ ਮੂੰਹ ਤੇ 12 ਵਜੇ ਆ। ਜੋਤ ਮੈਡਮ 4 ਦਿਨ ਨਹੀਂ ਆਉਂਦੇ, ਪੂਰੇ 4 ਦਿਨ। 4 ਦਿਨ ਤਾਂ ਫੁੱਲ ਵੀ ਤੇਰੇ ਮੂੰਹ ਵਰਗਾ ਹੀ ਹੋ ਜਾਂਦਾ। ਮੇਰੇ ਕੋਲ ਇੱਕ ਆਈਡੀਆ ਹੈ, ਆਪਾਂ ਉਹਨਾਂ ਦੇ ਘਰ ਨਾ ਚੱਲੀਏ। ਯਾਰ ਦੇਸੀ, ਆਪਾਂ ਨੂੰ ਤਾਂ ਯਾਰ ਉਹਨਾਂ ਦੀ ਕੋਠੀ ਦਾ ਹੀ ਨਹੀਂ ਪਤਾ। ਕੋਠੀ ਦਾ ਤਾਂ ਉਸਦੀ ਸਰਵਿਸ ਬੁੱਕ ਤੋਂ ਹੀ ਪਤਾ ਲੱਗ ਜਾਣਾ, ਪਰ ਕੋਈ ਫਾਇਦਾ ਨਹੀਂ ਹੋਣਾ। ਨਾ ਕਿਉਂ ਨਹੀਂ ਫਾਇਦਾ ਹੋਣਾ? ਉਹ ਮੀਰਜ਼ਾ ਦੀ ਕਿਤੇ ਘਰੇ ਬੈਠੀ ਹੋਊਗੀ, ਉਹ ਕਿਤੇ ਸ਼ਿਮਲੇ ਘੁੰਮਦੀ ਫਿਰਦੀ ਹੋਣੀ। ਹਾਂ, ਗੱਲ ਤੁਹਾਡੀ ਠੀਕ ਹੈ। ਤੁਸੀਂ ਤਾਂ ਦੇਸੀ ਜੀ ਫੁੱਲ ਹੀ ਦੇਣਾ ਹੈ, ਮੈਨੂੰ ਦੇ ਦਿਓ। ਨਾ ਤੈਨੂੰ ਤਾਂ ਮੈਂ ਗੋਭੀ ਦਾ ਫੁੱਲ ਨਾ ਦੇਵਾਂ, ਇਹ ਤਾਂ ਫਿਰ ਗੁਲਾਬ ਦਾ ਹੈ, ਨਾਲੇ ਇਹ ਤਾਂ ਸਿਰਫ ਮੇਰੀ ਜੋਤ ਵਾਸਤੇ ਬਣਿਆ। ਕਿਉਂ, ਮੇਰੇ 'ਚ ਕੀ ਕਮੀ ਹੈ? ਕਮੀ
ਕਿੱਥੇ ਜੋਤ ਅੰਬਰਾਂ ਦਾ ਤਾਰਾ ਤੇ ਕਿੱਥੇ ਤੂੰ ਸੜੀ ਹੋਈ ਮੋਮਬੱਤੀ ਭਾਲਦੀ ਹੈ ਫੁੱਲ। ਗੱਲ ਸੁਣੋ ਦੇਸੀ ਜੀ, ਅੰਬਰਾਂ ਦੇ ਤਾਰੇ ਤਾਂ ਅੰਬਰਾਂ 'ਚ ਹੀ ਰਹਿ ਜਾਂਦੇ ਆ, ਆਖਰ ਨੂੰ ਕੰਮ ਤਾਂ ਮੋਮਬੱਤੀ ਹੀ ਆਉਂਦੀ ਹੈ। ਤੂੰ ਐਵੇਂ ਮੇਰਾ ਦਿਮਾਗ ਨਾ ਖਰਾਬ ਕਰ, ਤੂੰ ਐਂ ਕਰ ਜੋਤ ਦੀ ਸਰਵਿਸ ਬੁੱਕ ਚੱਕ ਅਤੇ ਉਹਦੇ 'ਚੋਂ ਡਰੈਸ ਵੇਖ ਉਹਦਾ। ਲਓ ਡਰੈਸ ਤਾਂ ਲੱਭ ਗਿਆ ਉਹਨਾਂ ਦਾ, ਹੁਣ ਦੱਸੋ ਕੀ ਕਰਨਾ। ਐਂ ਕਰੋ, ਆਪਾਂ ਤਿੰਨੋਂ ਲਿਖਦੇ ਹਾਂ ਅੱਜ ਦੀ ਛੁੱਟੀ ਅਤੇ ਲੱਭਦੇ ਹਾਂ ਉਹਦਾ ਘਰ। ਫੁੱਲ ਦੇ ਕਮਲਾਉਣ ਤੋਂ ਪਹਿਲਾਂ ਪਹਿਲਾਂ ਘਰ ਤਾਂ ਲੱਭ ਹੀ ਲਾਂਗੇ। ਹੈ ਹਾਂ ਠੀਕ ਹੈ, ਚਲੋ ਚਲੋ ਚੱਲੀਏ। ਦੇਸੀ, ਖੁਸ਼ਬੂਆਂ ਵੰਡਣ ਵਾਲੀ ਚੀਜ਼ ਨੂੰ ਕਦੇ ਵੀ ਪੈਰਾਂ ਥੱਲੇ ਨਹੀਂ ਮਿੱਧਿਆ ਕਰਦੇ। ਜੋਤ, ਅਸੀਂ ਆ ਕੀ ਦੇਖ ਰਹੇ ਹਾਂ? ਸਾਰੀ ਦੁਨੀਆ ਨੂੰ ਖੁਸ਼ੀਆਂ ਵੰਡਣ ਵਾਲੀ ਦੀ ਆਪਦੀ ਜ਼ਿੰਦਗੀ ਕੀ ਹੈ? ਖੁਸ਼ੀਆਂ ਵੰਡਣ ਲਈ ਪੈਸੇ ਦੀ ਨਹੀਂ,
ਖੂਬਸੂਰਤ ਸੋਚ ਦੀ ਲੋੜ ਹੈ। ਇੱਕ ਪਰਿਵਾਰ ਮੇਰਾ ਦਫ਼ਤਰ ਵਿੱਚੋਂ ਤੁਸੀਂ, ਮੈਂ ਤੁਹਾਡੇ ਨਾਲ ਵੀ ਖੁਸ਼ ਹਾਂ। ਇੱਕ ਪਰਿਵਾਰ ਮੇਰਾ ਘਰ ਵਿੱਚ ਹੈ, ਮੈਂ ਇਹਨਾਂ ਨਾਲ ਵੀ ਖੁਸ਼ ਹਾਂ। ਮੈਡਮ ਜੀ, ਫਿਰ ਤੁਸੀਂ ਛੁੱਟੀ ਕਿਉਂ ਲਈ? ਛੁੱਟੀ ਤਾਂ ਮੈਂ ਭਾਜੀ ਉਂਝ ਹੀ ਲੈ ਲਈ ਸੀ। ਐਵੇਂ ਨਹੀਂ ਲਈ ਛੁੱਟੀ, ਛੁੱਟੀ ਕਿਉਂ ਲਈ ਹੈ ਆ ਜੋ ਮੈਂ ਦੱਸਦਾ ਤੁਹਾਨੂੰ। ਭਾਈ ਤੁਸੀਂ ਤਾਂ ਹੈਗੇ ਹੋ ਪੱਕੀਆਂ ਨੌਕਰੀਆਂ ਵਾਲੇ, ਅਤੇ ਤਾਂ ਲੱਗੀ ਵੀ ਦਫ਼ਤਰ ਦੇ ਵਿੱਚ ਕੱਚੀ ਨੌਕਰੀ 'ਤੇ ਹੈ, ਅਤੇ ਤਨਖਾਹ ਵੀ ਸਾਰੀ ਕੋਈ 4,000 ਲੈਂਦੀ ਹੈ। ਉਹ ਵੀ ਮਾਂ ਦੀ ਧੀ ਨੇ ਕਿਸੇ ਹੋਰ ਮੁਲਾਜ਼ਮ ਸਾਥੀ ਨੂੰ ਦੇ ਦਿੱਤੀ। ਕਹਿੰਦੀ ਉਹਦਾ ਪਿਓ ਬਿਮਾਰ ਸੀ ਅਤੇ ਉਹਨੇ ਦਵਾਈ ਬੂਟੀ ਕਰਾਉਣੀ ਸੀ। ਹੋਰ ਸੁਣੋ ਫਿਰ ਸਾਡੇ ਘਰ ਬਾਰੇ ਵੀ। ਆਹ ਮੇਰੇ ਬਾਪੂ ਜੀ ਬਿਮਾਰ ਚੱਲੀ ਜਾਂਦੇ ਹੈ, ਇਹਨਾਂ ਦੀ ਦਵਾਈ ਲਈ ਪੈਸਿਆਂ ਦੀ ਲੋੜ ਸੀ। ਉਹ ਬੇਟਾ ਜਿਹਦਾ ਮਾਸਟਰਾਂ ਨੇ ਸਕੂਲ ਦੇ ਵਿੱਚੋਂ ਨਾ ਇਸ ਲਈ ਕੱਟ ਦਿੱਤਾ ਕਿਉਂਕਿ ਅਸੀਂ ਬੱਚੇ ਦੀ ਫੀਸ ਨਹੀਂ ਭਰ ਸਕੇ, ਅਤੇ ਇਹ 2-4 ਘਰਾਂ ਦੇ ਵਿੱਚ ਕੰਮ ਕਰਦੀ ਹੈ ਤਾਂ ਕਿ 4 ਪੈਸੇ ਜੁੜ ਜਾਣ ਅਤੇ ਸਾਡੇ ਘਰ ਦਾ ਗੁਜ਼ਾਰਾ ਵੀ ਚੱਲਦਾ ਰਹੇ। ਮੈਡਮ ਜੀ, ਤੁਸੀਂ ਇਨਸਾਨ ਨਹੀਂ, ਤੁਸੀਂ ਤਾਂ ਰੱਬ ਦਾ ਰੂਪ ਹੋ, ਜਿਹੜੇ ਤੁਸੀਂ ਆਪਣਾ ਆਪ ਗਵਾ ਕੇ ਵੀ ਲੋਕ ਸੇਵਾ ਕਰਦੇ ਹੋ। ਜੋਤ ਮੈਡਮ, ਸਾਨੂੰ ਮਾਫ਼ ਕਰ ਦਿਓ, ਅਸੀਂ ਤੁਹਾਨੂੰ ਝੂਠ ਬੋਲਿਆ। ਸਾਡਾ ਬਾਪੂ ਕੋਈ ਬਿਮਾਰ ਨਹੀਂ ਸੀ, ਅਸੀਂ ਤਾਂ ਤੁਹਾਡੇ ਤੋਂ ਬਸ ਖਾਣ ਪੀਣ ਵਾਸਤੇ ਪੈਸੇ ਲੈ ਜਾਂਦੇ ਸੀ। ਇਸ ਵਾਸਤੇ ਮੈਂ ਬਹੁਤ ਸ਼ਰਮਿੰਦਾ, ਸਾਨੂੰ ਮਾਫ਼ ਕਰ ਦਿਓ। ਕੋਈ ਗੱਲ ਨਹੀਂ ਭਾਅ ਜੀ, ਐਵੇਂ ਨਾ ਚਿੱਤ ਹੋਲਾ ਕਰੋ, ਇਹ ਪੈਸੇ ਤਾਂ ਹੱਥਾਂ ਦੀ ਮਿਲਣ। ਜੋਤ ਮੈਡਮ, ਇੱਕ ਗੱਲ ਦੀ ਸਮਝ ਨਹੀਂ ਆਈ, ਆ ਮਹਿੰਗੇ ਮਹਿੰਗੇ ਕੱਪੜੇ। ਉਹ ਵੀ ਸੁਣ ਲਓ, ਜਿਹੜੇ 2-4 ਸ਼ਾਹੂਕਾਰਾਂ ਅਤੇ ਸਰਦਾਰਾਂ ਦੇ ਘਰ ਕੰਮ ਕਰਦੀ ਹੈ ਨਾ, ਉਹ ਸਰਦਾਰਨੀਆਂ ਅਤੇ ਸ਼ਾਹੂਕਾਰਨੀਆਂ ਆਪਣੇ ਲੱਥੇ ਹੋਏ ਕੱਪੜੇ ਇਹਨੂੰ ਦੇ ਦਿੰਦੀਆਂ, ਅਤੇ ਬਸ ਉਹੀ ਪਾ ਕੇ ਇਹ ਆਪਣਾ ਟੌਰ ਬਣਾ ਲੈਂਦੀ ਹੈ। ਮੰਨ ਗਏ ਜੋਤ ਮੈਡਮ, ਤੁਹਾਨੂੰ ਤੁਸੀਂ ਘਰ ਦਾ ਕੰਮ ਵੀ ਕਰਦੇ ਹੋ, ਦਫ਼ਤਰ ਦਾ ਕੰਮ ਵੀ ਕਰਦੇ ਹੋ, ਅਤੇ ਸਮਾਜ ਸੇਵਾ ਵੀ ਕਰਦੇ ਹੋ, ਕਮਾਲ ਹੋ ਤੁਸੀਂ। ਰਮੇਸ਼ ਭਾਅ ਜੀ, ਸਮਾਜ ਸੇਵਾ ਲਈ ਤਾਂ ਮੈਂ ਆਪਣਾ ਸਾਰਾ ਜੀਵਨ ਵੀ ਲਾ ਸਕਦੀ ਹਾਂ। ਅਤੇ ਆਹ ਦੇਖ ਲਓ, ਸਾਡੇ ਦੇਸ਼ ਦੇ ਲੀਡਰ 2-2 ਕੰਬਲ ਵੰਡ ਕੇ ਅਤੇ ਐਡੀਆਂ ਐਡੀਆਂ ਫੋਟੋ ਲਵਾ ਲੈਂਦੇ ਅਖਬਾਰਾਂ 'ਚ, ਅਤੇ ਕਹਿੰਦੇ ਆ ਸਮਾਜ ਸੇਵਾ ਕਰਦੇ ਹਾਂ। ਇਹ ਵੀ ਜਿਹਨੂੰ ਤੁਸੀਂ ਸਮਾਜ ਸੇਵਾ ਕਹਿੰਦੇ ਹੋ ਨਾ, ਇਹ ਕੋਈ ਸਮਾਜ ਸੇਵਾ ਨਹੀਂ ਹੁੰਦੀ, ਇਹ ਤਾਂ ਸਗੋਂ ਉਹਨਾਂ ਦੀ ਅਪਮਾਨ ਸੇਵਾ ਹੀ ਹੁੰਦੀ ਹੈ। ਇਹਨੂੰ ਅਪਮਾਨ ਸੇਵਾ ਹੀ ਕਹਿ ਸਕਦੇ ਹਾਂ, ਸਮਾਜ ਸੇਵਾ ਨਹੀਂ ਕਹਿ ਸਕਦੇ ਆਪਾਂ। ਜੋਤ, ਤੂੰ ਸਿਰਫ ਜੋਤ ਹੀ ਨਹੀਂ, ਤੂੰ ਤਾਂ ਉਹ ਜਗ ਦੀ ਜੋਤ ਹੈ ਜਿਹੜੀ ਆਪ ਬਲਦੀ ਰਹਿੰਦੀ ਹੈ ਅਤੇ ਰੋਸ਼ਨੀ ਦੂਜਿਆਂ ਨੂੰ ਕਰਦੀ ਹੈ। ਸਿਰਫ ਇੰਨਾ ਹੀ ਨਹੀਂ, ਆਪ ਦਰਦਾਂ ਸਹਿ ਕੇ ਦੂਜਿਆਂ ਦੇ ਜ਼ਖਮਾਂ 'ਤੇ ਮਲਮਾਂ ਲਾਉਣੀ ਹੈ। ਧੰਨ ਹੈ ਜੋਤ ਤੂੰ, ਧੰਨ ਹੈ ਤੂੰ, ਧੰਨ ਹੈ ਜੋਤ,
ਜੇ ਇਹ ਮੁੱਠੀ ਬੰਦ ਰਹਿੰਦੀ ਤਾਂ ਚੰਗਾ ਸੀ, ਜੇ ਮੁੱਠੀ ਖੁੱਲ੍ਹ ਗਈ ਸਾਡੀ ਤਾਂ ਸੋਚ ਹੀ ਬਦਲ ਗਈ, ਸੋਚ ਹੀ ਬਦਲ ਗਈ ਜੋਤ ਸਾਡੀ ਤਾਂ। ਆਹ ਫੜਾ ਮੇਰਾ ਫੁੱਲ। ਲਾਲੀ ਤੂੰ ਨਿੱਤ ਫੁੱਲ ਮੰਗਦੀ ਹੁੰਦੀ ਸੀ ਨਾ, ਆਹ ਲੈ ਫੁੱਲ। ਨਾ ਇਹ ਗੁਲਾਬ ਦਾ ਫੁੱਲ ਮੈਂ ਸਿਰ 'ਚ ਮਾਰਨਾ, ਜੇ ਫੁੱਲ ਹੀ ਲਿਆ ਕੇ ਦੇਣਾ ਤਾਂ ਗੋਭੀ ਦਾ ਫੁੱਲ ਲਿਆ ਕੇ ਦੇ, ਕਮ ਸੇ ਕਮ ਸ਼ਾਮ ਨੂੰ ਸਬਜ਼ੀ ਦਾ ਬਣਾਉਂਦੇ।